ਮੈਂ ਤਰਸੇਮ ਸਿੰਘ ਗ੍ਰੰਥੀ ਸਿੰਘ ਜੀ ਮੇਥੇ ਦੇ ਪਿੰਡ ਦੇ ਰਹਿਣ ਵਾਲਾ ਵਾਂ ਤੇ ਇਹ 7:30 ਵਜੇ ਦਾ ਟਾਈਮ ਆ ਜੀ ਜਦੋਂ ਕੁਲਵੰਤ ਸਿੰਘ ਰਿਸ਼ਤੇ ਆਪਣੇ ਕਿਤੇ ਬਾਹਰ ਗਿਆ ਸੀ ਅੰਗੇਜ ਵਾਸਤੇ ਉਧਰੋਂ ਆਏ ਆ ਆਣ ਕੇ ਘਰ ਵੜਿਆ ਵਾ ਘਰ ਵੜ ਕੇ ਤੇ ਗੱਡੀ ਖਿਲਾਰੀ ਆ ਗੱਡੀ ਖਿਲਾਰ ਕੇ ਤੇ ਆਪ ਗੇਟ ਬੰਦ ਕਰਨ ਆਇਆ ਵਾ ਉਸੇ ਕਿਤੇ ਬਾਹਰ ਖਲੋਤੇ ਸੀ ਉਹ ਮੋਟਰਸਾਈਕਲ ਤੇ 3 ਜਾਣੇ ਸੀ ਉਹਨਾਂ ਦੀ ਕੋਈ ਪਛਾਣ ਨਹੀਂ ਸਾਨੂੰ ਬੁੱਕਲਾ ਉਹਨਾਂ ਮਾਰੀਆਂ ਸੀ ਤੇ ਉਹ ਬ੍ਰੈਸਟ ਮਾਰ ਕੇ ਤੇ 15-16 ਗੋਲੀਆਂ ਨਗਾ ਕੇ ਤੇ ਉਹ ਚਲੇ ਗਏ ਉੱਥੇ ਢਹਿ ਢੇਰੀ ਹੋ ਗਿਆ ਵਾ ਉਸ ਵੇਲੇ ਰੌਲਾ ਰੱਪਾ ਪੈ ਗਿਆ ਇੱਧਰ ਸਠਿਆਲੇ ਸਾਈਡ ਨੂੰ ਉਹ ਨਿਕਲ ਗਏ ਉਹਨਾਂ ਨੇ ਵੇਖ ਕੇ ਬਾਹਰ ਆਇਆ ਤੇ ਉਹਨਾਂ ਨੇ ਗੋਲੀਆਂ ਸ਼ੂਟ ਕਰਨ ਡੈ ਪਏ ਤੇ ਕੀ ਕਿੱਥੋਂ ਰਹਿਣ ਵਾਲਾ ਸੀ ਤੁਹਾਡਾ ਬ੍ਰਦਰ ਅਮਰੀਕਾ ਦਾ ਗ੍ਰੀਨ ਕਾਰਡ ਕਿਹੜਾ ਕਾਰਡ ਸੀਗਾ ਉਹਦੇ ਕੋਲ ਗ੍ਰੀਨ ਕਾਰਡ ਹੋਲਡਰ ਹੈਗਾ ਸੀ ਅਮਰੀਕਾ ਚ ਗ੍ਰੀਨ ਕਾਰਡ ਹਾਂਜੀ ਪੀਆਰ ਹੈ ਉਧਰ ਕੀ ਡਿਮਾਂਡ ਕਰਦੇ ਹੋ ਡਿਮਾਂਡ ਹੈ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਜਾਵੇ ਕਿ ਉਹਨਾਂ ਨੇ ਕਿਉਂ ਘਟਨਾ ਇਹ ਕੀਤੀ ਉਹਦਾ ਉਹ ਕੀ ਉਹਨੇ ਉਹਦਾ ਉਹਨਾਂ ਦਾ ਕੀ ਮਾੜਾ ਕੀਤਾ ਸੀ ਚਾਹੇ ਉਹ ਕੀ ਚਾਹੁੰਦੇ ਕੀ ਸੀ ਸਾਡੇ ਤੋਂ ਹਾਂਜੀ ਇਹੋ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਕੀ ਚਾਹੁੰਦੇ ਸੀ ਉਹਨਾਂ ਨੇ ਕਿਉਂ ਇਹ ਘਟਨਾ ਕੀਤੀ ਆ ਤੇ ਜੇ ਤੇ ਜਲਦੀ ਤੋਂ ਜਲਦੀ ਬਸ ਪਤਾ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਮਰੀਕਾ ਜੋ ਉਹਦਾ ਖੁਦ ਦੀ ਟਰਾਂਸਪੋਰਟ ਆ ਤੇ ਟਰਾਲਾ ਚਲਾਉਂਦਾ ਇਹਨਾਂ ਜੀ ਕੱਲ੍ਹ ਕਰੀਬ 7:30 ਵਜੇ ਦੀ ਗੱਲ ਆ ਪਿੰਡ ਜੋਧੇ ਦਾ ਕੁਲਵੰਤ ਸਿੰਘ ਸਾਨੂੰ ਬਲਵਿੰਦਰ ਸਿੰਘ ਸੀ ਇਹ ਆਪਣੇ ਕਿਤੇ ਫੰਕਸ਼ਨ ਅਟੈਂਡ ਕਰਕੇ ਵਾਪਸ ਘਰ ਆਇਆ ਸੀ ਅਤੇ ਕੋਈ 3 ਅਣਪਛਾਤੇ ਨੌਜਵਾਨ ਸੀ ਜਿਨ੍ਹਾਂ ਨੇ ਉਹਨਾਂ ਨੂੰ ਸ਼ੂਟ ਕਰਕੇ ਮਤਲਬ ਖਤਮ ਕਰ ਦਿੱਤਾ ਕਿੰਨੀਆਂ ਗੋਲੀਆਂ ਮਾਰੀਆਂ ਉਹ ਕਰੀਬ ਇਹ ਤਾਂ ਮੈਡੀਕਲ ਰਿਪੋਰਟ 'ਤੇ ਪਤਾ ਲੱਗੇਗਾ ਵੀ ਕੀ ਬਾਕੀ ਫਿਰ ਵੀ ਕਾਫੀ ਨਿਸ਼ਾਨ ਸੀ ਉਹਦੇ ਸਰੀਰ 'ਤੇ ਮਤਲਬ ਅਤੇ ਸਰ ਕੋਈ ਆਪਣਾ ਕੋਈ ਬੰਦੇ ਆਈਡੈਂਟੀਫਾਈਡ ਹੋਏ ਨਹੀਂ ਅਜੇ ਅਨਨੋਨ ਆ ਅਜੇ ਵੈਰੀਫਾਈ ਉਹ ਚੱਲ ਰਹੀ ਇਨਵੈਸਟੀਗੇਸ਼ਨ ਉਹ 'ਚ ਬਾਕੀ ਕਲੀਅਰ ਹੋ ਜਾਏਗਾ ਬਾਅਦ 'ਚ ਬਾਰੇ ਐਨ ਆਰ ਆਈ ਸੀ ਮੁੰਡਾ ਜੀ ਐਨ ਆਰ ਆਈ ਸੀ ਬਾਹਰੋਂ ਆਇਆ ਸੀ ਅਮਰੀਕਾ ਤੋਂ ਆਇਆ ਸੀ